ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਿਸ਼ਰਪੁਰਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ। ਸਰਬਜੀਤ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ ਮਿਸ਼ਰਪੁਰੇ ਵਾਲੇ ਕੋਲ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ, ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਪੰਜ ਗਾਵਾਂ ਜਿਹੜੀਆਂ ਅੱਜ ਤੁਹਾਨੂੰ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ ਇੱਕੋ ਹੀ ਗੱਭਣ ਆ, ਬਾਕੀ ਸਾਰੀਆਂ ਸੂਈਆਂ ਵਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਸਾਰਿਆਂ ਸਤਿ ਸ਼੍ਰੀ ਅਕਾਲ, ਵਧੀਆ ਵੀਰ ਜੀ, ਠੀਕ ਠਾਕ, ਮੇਰਾ ਬਾਬੇ ਜੀ। ਚਲੋ ਵਧੀਆ ਚਾਹੀਦਾ ਜੀ। ਹਾਂਜੀ, ਤੇ ਨਾਮ ਦੱਸਦੇ ਕਰੀ ਆਪਣਾ? ਨਾਮ ਸਰਬਜੀਤ। ਹਾਂਜੀ। ਪਿੰਡ ਮਿਸ਼ਰਪੁਰਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਠੀਕ ਹੈ ਜੀ, ਤੇ ਫੋਨ ਨੰਬਰ ਵੀ ਬੋਲਦੇ ਕਰੇ? 77-71-41-509। ਤੇ ਬਟਾਲੇ ਦੇ ਬਿਲਕੁਲ ਨਾਲ ਹੀ ਆ, ਹਨਾ? ਬਟਾਲੇ ਤੋਂ ਭਾਜੀ ਜਲੰਧਰ ਵਾਲੇ ਰੋਡ ਤੇ ਜਦੋਂ ਨਿਕਲਣਾ ਪਹਿਲਾ ਪਿੰਡ ਆਪਣਾ ਆਉਂਦਾ। ਠੀਕ ਹੈ ਜੀ। ਇਧਰੋਂ ਮਹਿਤੇ ਵੱਲੋਂ ਆਉਂਦਾ ਲਾਸਟ ਪਿੰਡ ਆਪਣਾ। ਠੀਕ ਹੈ ਜੀ। ਤੇ ਅੱਜ ਹੈਗੀਆਂ ਆਪਣੇ ਕੋਲ ਗਾਵਾਂ ਹੀ ਆ ਸਾਰੀਆਂ, ਹਨਾ? ਸਾਰੀਆਂ ਗਾਵਾਂ ਜੀ। ਚਲੋ ਸ਼ੁਰੂਆਤ ਆਪਾਂ ਜਿਹੜੀ ਆ, ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਆ, ਤਾਜੀ ਸੂਈ ਵੈੜਿਆ ਤੇ ਥਾਣੇ ਤੇ ਦੇਖ ਸਕਦੇ ਲਾਗੇ ਤੋਂ ਵਿਕਰੀ। ਤੇ ਆ ਬੱਚਾ ਮਗਰ ਬੱਚਾ ਆ ਗਿਆ ਜੀ। ਮਗਰ ਬੱਚਾ ਕੱਲ ਦੀ ਸੂਈ ਭਾਜੀ। ਅੱਛਾ, ਕੱਲ ਦੀ ਸੂਈ ਆ। ਇਹ ਸੂਆ ਦੇ ਦਾ ਪਹਿਲਾ ਜਾਪਦਾ ਜੀ? ਸੂਆ ਭਾਜੀ ਦੰਦਾਂ 'ਚ ਵੱਛੀ ਬਹੁਤ ਜ਼ਿਆਦੀ ਚੰਗੀ। ਅੱਛਾ, ਸੀਲ ਬੜੀ ਵੱਛੀ। ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ? ਦੁੱਧ ਭਾਜੀ ਵੱਛੀ 15-16 ਕਿਲੋ ਚਵਾਊਗੀ। ਅੱਛਾ, ਠੀਕ ਆ, ਆਹ ਦੇਖ ਸਕਦੇ ਪਹਿਲਾਂ ਲੱਤਾਂ ਮਾਰਦੀਆਂ ਕਈ ਨੂੰ ਸਾਥੀ। ਠੀਕ ਆ ਜੀ, ਆਹ ਦੇਖ ਸਕਦੇ ਜੀ, ਬਹੁਤ ਚੰਗੀ ਵੱਛੀ। ਕੋਈ ਔਲ ਨਹੀਂ, ਕੋਈ ਕੁਝ ਨਹੀਂ, ਕੋਈ ਗੱਲ ਹੀ ਨਹੀਂ। ਬਾਕੀ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਜੇ, ਭਲਾ ਭੁਲਾ ਹਵਾਨੇ ਤੇ ਜਿਹੜੀਆਂ ਹੈਗੀਆਂ ਵਾ। ਆ ਜਾਓ ਲੈ ਆਓ ਵੀਰ ਜੀ, ਆਹ ਦੇਖ ਸਕਦੇ ਜੀ, ਕਾਫੀ ਸੋਹਣੇ ਚਿਹਰੇ ਦੀ ਮਾਲਕ ਆ ਜਿਹੜੀ। ਲੈ ਜਾਓ ਜੀ, ਤੇ ਪਿਆਰੀ ਵੱਛੀ ਵੀ ਕੀ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ ਆਪਾਂ? ਭਾਜੀ ਵੱਛੀ ਦੇ ਜਿੱਡੇ ਡਿਜ਼ਾਈਨ ਆ ਜਾਂ ਸੋਹਣੀ ਸਾਣੀ ਵੱਛੀ ਆ। ਹਾਂਜੀ ਹਾਂਜੀ, ਬੜੀ ਵੱਛੀ ਦੀ। ਹਾਂਜੀ ਹਾਂਜੀ, ਹੈ ਕਿ ਨਹੀਂ? ਮੁੱਲ ਤੇ ਵੱਛੀ ਆਂਦੀ ਵੀ 55,000 ਹੀ ਕਰੋ, ਪਰ ਆਪਾਂ 55,000 ਹੀ ਨਹੀਂ ਦੇਣੀ ਵੱਛੀ। ਠੀਕ ਆ, ਆਪਾਂ 45,000 ਦੀ ਭਾਜੀ ਵੱਛੀ ਦੇਣੀ। 45,000 ਦੀ ਬਸ, 2,000 ਛੋੜ ਕਰਨੀ ਇਹਦੀ। ਅੱਛਾ, ਪੂਰੇ 43 ਦੀ ਦੇ ਦੋਗੇ? ਪੂਰੇ 43 ਦੀ, ਫਿਰ ਕੁਆਲਿਟੀ ਦੰਦਾਂ 'ਚ ਵੱਛੀ ਆ। ਦੇਖ ਸਕਦੇ ਗਾਹ ਨਾਲ ਵੀ ਚੰਗਾ ਹਵਾਨਾ ਇਹਨੇ ਤਿਆਰ ਕੀਤਾ ਵਾ, ਸੋਹਣੀ ਵੜਿਆ ਜਿਹੜੀ। ਨਸਲ ਵੇਖੋ ਵੱਛੀ ਦੀ ਜਿਹੜੀ। ਹਾਂਜੀ ਹਾਂਜੀ, ਪੂਰੀ ਬਰੀਕ ਵੱਛੀ, ਦੁੱਧ ਵਾਲੀ ਵੱਛੀ, ਬਾਕੀ ਤਾਜ਼ੀ ਸੂਈ ਆ। ਤਾਜ਼ੀ ਸੂਈ ਤੇ ਆਪਣੇ ਕੋਈ ਫਿਰ ਵੀ ਚਵਾਈ ਕਰਕੇ ਖੜੇ, ਹਨਾ? ਜੇ ਆਪਣੀ ਤਸੱਲੀ ਹੈ ਜੇ ਬੋਲਾ ਵੱਛੀ ਦਾ ਭਾਜੀ, ਕੱਲ ਸੂਈ ਅਜੇ ਤੇ ਬੋਲਾ ਹੀ ਆ, ਜੇ ਤੇ ਗਾਂ ਸੇਵਾ ਤੇ ਦੁੱਧ ਤਿਆਰ ਹੋਊਗਾ। ਠੰਡੀ ਸੀਲ ਆ ਵੇਖੋ, ਹਾਂ ਦੇਖ ਸਕਦੇ ਜੀ, ਮਰਜ਼ੀ ਥੱਲੇ ਤੱਕ ਬਹਿ ਜਾ, ਮੈਨੂੰ ਕੋਈ ਗੱਲ ਨਹੀਂ। ਬਾਕੀ ਇਹ ਚੀਜ਼ ਦਾ ਜਿਹੜਾ ਬੜਾ ਵਾਧਾ ਵਾ, ਬਹੁਤ ਵਾਧਾ ਹੁੰਦਾ, ਸਾਰੀਆਂ ਚੀਜ਼ਾਂ ਇੱਕ ਦੇ ਇਹਦੇ ਚ ਪੂਰੀਆਂ, ਜੇ ਥਣ ਵੀ ਨਹੀਂ ਕੋਈ ਛੋਟਾ, ਤੇ ਠੰਡੀ ਸੀਲ ਵੀ ਪੂਰੀ ਹੈ। ਠੰਡੀ ਸੀਲ ਬੜੀ ਆ ਵੀ ਵੈਣ ਭਾਜੀ, ਜਿਆਦੀ ਚੰਗੀ ਹੈ। ਅੱਛਾ, 20 22 ਕਿਲੋ ਦੁੱਧ ਦੇਣ ਵਾਲੀ ਵੱਛੀ ਆ, ਜਰਸੀ ਆ ਗਈ ਪੰਜਾਬ ਵਾਲੀ, ਕ੍ਰੋਸ ਚ ਆ ਗਈ ਸੀਲ ਵੱਛੀ। ਥਣ ਵੇਖੋ, ਬਹੁਤ ਥਣ ਚੰਗਾ ਵੱਛੀ ਦਾ, ਬਹੁਤ ਸੀਲ ਸਾਲ ਵੈਣ ਇਹ। ਕਿੰਨਾ ਟਾਈਮ ਖੜਦੀ ਜੀ ਇਹ ਭਾਜੀ? ਤਿਆਰੀ ਇੱਕ ਹਫਤਾ ਲਊਗੀ ਵੱਛੀ ਦਾ। ਅੱਛਾ, ਸੂਆ ਕਿੰਨਵਾ ਇਹਦਾ? ਸੂਆ ਦੂਜਾ ਭਾਜੀ, ਸੂਆ ਦੂਸਰਾ ਜੀ ਜਿਹੜਾ ਇਹਦਾ। ਬਾਕੀ ਕਾਫੀ ਸੋਹਣੀ ਵੈੜ ਹੈ ਤੇ ਪੂਰੀ ਰਾਜੀ ਰੂਜੀ ਆ ਜਿਹੜੀ। 20-22 ਲੀਟਰ ਦੇ ਕਰੀਬ ਦੁੱਧ ਵੀਰਜੀਆਂ ਨੇ ਕਹਿੰਦੇ ਕਿ ਜਿਹੜਾ ਇਹ ਚਵਾ ਦੂਗੀ। ਲੈ ਜਾਓ ਜੀ, ਹੁਣ ਆਪਣੇ ਕੋਲ ਸੂਈ ਸਵਾਈ ਆ ਗਈ, ਔਰ ਇਹਦੇ ਮਗਰ ਕੀ ਬੱਚਾ ਆ ਗਿਆ ਜੀ? ਬੱਚਾ ਜੀ ਭਾਜੀ, ਅੱਛਾ ਇਹਦੇ ਮਗਰ ਵੀ ਬੱਚਾ ਪਰਸੋਂ ਦੀ ਸੂਈ ਜੀ। ਠੀਕ ਆ, ਤਾਜ਼ਾ ਹੀ ਆ ਬੱਚਾ ਜਿਹੜਾ ਇਹਦੇ ਮਗਰ। ਸੂਆ ਤੀਜਾ ਭਾਜੀ ਇਹਦਾ।
ਤੀਸਰਾ ਸੂਆ ਜਿਹੜੇ ਥਾਣੇ ਤੇ ਦੇਖ ਸਕਦੇ ਲੱਗ ਬਹੁਤ ਵਧੀਆ ਵੈੜ ਹੈ ਵੀ ਠੀਕ ਹੈ ਜੀ ਚਵਾਈ ਚੂਈ ਇਹਦੀ ਵੀ ਕੋਈ ਗੱਲ ਨਹੀਂ ਆ ਠੀਕ ਹੈ ਜੀ ਬਹੁਤ ਸੀਲ ਹੈ ਆ ਆ ਦੇਖ ਸਕਦੇ ਜੀ ਬਿਲਕੁਲ ਸਾਫ ਚਵਾਈ ਹੈ ਜਿਹੜੀ ਇਹਦੀ ਕੋਈ ਛੱਟਾ ਨਹੀਂ ਕੋਈ ਫਿਰ ਸਖਤ ਨਹੀਂ ਕੋਈ ਪੋਲੀ ਹੈ ਵਧੀਆ ਧਾਰ ਕੋਈ ਗੱਲ ਠੀਕ ਹੈ ਜੀ ਹਾਂ ਬਹੁਤ ਸੀਲ ਸਾਰੇ ਤੇ ਇਹਦੇ ਕੋਲ ਬੌਲਾ ਹੀ ਗਾਂ ਦੇ ਕੋਲ ਇਸ ਵੇਲੇ 10 ਕਿਲੋ ਹੋਊਗਾ ਅੱਛਾ ਤੇ ਇਹ ਕਿੰਨਾ ਚਵਾਈ ਜਾਊਗੀ ਚੰਗੀ ਭਾਜੀ ਕੋ ਸੇਵਾ ਕਰੂਗਾ ਤੇ 15 ਕਿਲੋ ਦੁੱਧ ਚਵਾਈ ਜਾਊਗਾ ਇਹ ਅੱਛਾ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਗਾਂ ਲਿਆ ਫਿਰ ਤੋਰੋ ਹਾਂ ਕਰੀ ਨਾ हाँ देख सकते जी दुध 15 लीटर भी कहते कि चवाई जाऊगी मौके से 10 लीटर जरा बोला ये को अज लै आओ जी चलो मौके ते और कर दो माना को फोन लावे एक करी ते हुण आ गई अपने कोल एक होर जर्सी आ गई जी हां जी ए भी ताजी सुई आ बहुत चंगी ਵੈੜ ਹੈ ਵੀ ਥੀਲ ਸਾਲੇ ਵੀ ਬਹੁਤ ਜ਼ਿਆਦਾ ਖਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਬਹੁਤ ਵਧੀਆ ਦੇ ਇਹਦੇ ਕੋਲ ਕਿੰਨਾ ਤਿਆਰ ਜੇ ਵੀ ਜੀ ਇਹਦੇ ਕੋਲ ਭਾਜੀ 10 ਕਿਲੋ ਦੁੱਧ ਤਿਆਰ ਆ ਅੱਛਾ ਇਹਦੇ ਕੋਲ ਵੀ 10 ਲੀਟਰ ਜਿਹੜਾ ਤਿਆਰ ਆ 10 ਕਿਲੋ ਦੁੱਧ ਤਿਆਰ ਆ ਬਹੁਤ ਸੀਲ ਸਾਲ ਤੇ ਇਹ ਕਿੰਨਾ ਕਿ ਚਵਾਈ ਜਾਊਗੀ ਇਹ ਵੀ ਭਾਜੀ 13 14 ਕਿਲੋ ਦੁੱਧ ਚਵਾਊਗੀ ਨਾ ਅੱਛਾ ਹਾਂਜੀ ਹਾਂਜੀ ਆ ਬੱਚਾ ਜਿਹੜਾ ਇਹਦਾ ਹਨਾ ਆ ਬੱਚਾ ਜੀ ਬਿਲਕੁਲ ਤਾਜੀ ਇਹਦੇ ਕੋ ਵੀ 10 ਲੀਟਰ ਦੁੱਧ ਜਿਹੜਾ ਤਿਆਰ ਆ ਇੱਕੋ ਹੀ ਗੱਬਣ ਆ ਸਾਰੀਆਂ ਸੂਈਆਂ ਸਵਾਈਆਂ ਵਾ ਹੁਣ ਅੱਗੇ ਤੁਹਾਡੀ ਜ਼ਿੰਮੇਵਾਰੀ ਆ ਜਿਹੜੀ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਖੜਨ ਦੀ ਕਿਉਂਕਿ ਜਿਹੜੇ ਵੀਰ ਨੇ ਪੈਸੇ ਖਰਚਣੇ ਆ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਦਾਰੀ ਤੇ ਵੇਖ ਚਾਖ ਕੇ ਤਸੱਲੀ ਕਰਕੇ ਫਿਰ ਪਛੋ ਖੜਿਆ ਕਰੋ ਕਿਤੇ ਉਵੇਂ ਖੜਨਾ ਵਾ ਆਪਣੀ ਤਾਂ ਜ਼ਰੂਰ ਤਸੱਲੀ ਕਰਿਆ ਕਰੋ ਬਹੁਤ ਪਿਆਰੀ ਵੈੜ ਆ ਵੀਰ ਜੀ ਤੇ ਇਹਦਾ ਕੀ ਮੁੱਲ ਜੇ ਵੀਰ ਜੀ ਫਿਰ ਇਹਦਾ ਵੀ ਭਾਜੀ ਦੇਣ ਲੈਣੀ ਰੱਖਣਾ ਜਿਹੜੀ ਗੱਲ ਆ ਕਿੰਨਾ ਮੁੱਲ 32000 ਆ ਅੱਛਾ 2000 ਹੀ ਛੋੜਗਾ ਨਹੀਂ ਗਾਂ ਦੇ 40000 ਦੀ ਅੱਛਾ ਬਸ ਆਪਾਂ ਦੇਣ ਲੈਣੀ ਕਰਨਾ ਵੀ ਚਲੋ ਜੇ ਪਿਛੋਂ ਮਾਲ ਭਾਣਾ ਮਿਲਿਆ ਅੱਗੇ ਭਾਣਾ ਪੂਰੇ 30 ਦੀ ਦੇ ਦੇਣੀ ਹੈ ਜੀ 30000 ਦੀ ਅਸੀਂ ਦੇ ਦਾਂਗੇ ਆ ਪੂਰੇ 30 ਦੇ ਵਿੱਚ ਇਹਨੇ ਕਹਿੰਦੇ ਕਿ ਦੇ ਦੇਾਂਗੇ ਤੇ ਹੁਣ ਇੱਕ ਆਪਣੇ ਕੋਲ ਕਾਫੀ ਪਿਆਰੀ ਵੈੜ ਇੱਕ ਹੋਰ ਆ ਗਈ ਇਹ ਫਾਰਮ ਵਾਲੀ ਵੱਛੀ ਭਾਜੀ ਕਿੰਨਵਾ ਸੂਆ ਵੇਚੀ ਇਹਦਾ ਇਹਦਾ ਦੂਜਾ ਸੂਆ ਜੇ ਵੈੜਦਾ ਵੀ ਜੀ ਅੱਛਾ ਫਾਰਮ ਵਾਲੀ ਵੱਛੀ ਆ ਅੱਛਾ ਬਹੁਤ ਹੀ ਜਿਆਦੀ ਚੰਗੀ ਚਵਾਈ ਚੂਈ ਵੀ ਐਡੀ ਥਣ ਥਣ ਬੜਾ ਪਿਆਰਾ ਫਿਰ ਸੀਲ ਬੜੀ ਆ ਠੀਕ ਆ ਜੀ ਨਿਆਣਾ ਪਾਉਣਾ ਤਾਂ ਵੀ ਠੀਕ ਆ ਨਹੀਂ ਪਾਉਣਾ ਤਾਂ ਵੀ ਕੋਈ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ 4 ਕੁ ਦਿਨ ਹੋ ਗਏ 4 ਦਿਨ ਹੋ ਗਏ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਆ ਠੀਕ ਆ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਭਾਜੀ ਇਸ ਵੇਲੇ 15 ਕਿਲੋ ਵੱਛੀ ਦਾ ਦੁੱਧ ਤਿਆਰ ਆ 15 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ ਆ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੇ ਕਦੀ ਤੇ ਕਿੰਨਾ ਵਿੱਚ ਦੁੱਧ ਚਵਾਈ ਜਾਊਗੀ ਦੁੱਧ ਭਾਜੀ 22 23 ਕਿਲੋ ਗਾਂ ਲਊਗੀ 20 ਪਲੱਸ ਚੱਲੂਗੀ ਜੀ 20 ਪਲੱਸ ਚੱਲੀ ਜਾਊਗੀ 20 ਪਲੱਸ ਚੱਲੂਗੀ ਜਿਨ੍ਹਾਂ ਕੋਲ ਲਈ ਆ ਤੇ 22 23 ਕਿਲੋ ਦੁੱਧ ਆਪਾਂ ਚੋਇਆ ਆ ਲਿਆ ਫਿਰ ਤੋਰੋ ਹੈ ਕਰੀ ਨੂੰ ਆ ਦੇਖ ਸਕਦੇ ਜੀ ਥੱਲਿਆਂ ਜਿਹੜੀ ਇਹ ਵੀ ਚੰਗੀ ਤਿਆਰ ਹੋਈ ਆ ਲੈ ਜਾਓ ਜੀ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਪਾਣੀ ਬੱਚੀ ਦੇ 80000 ਦੀ ਹੈ ਅੱਛਾ ਜਿਹੜੀ ਗੱਲ ਆ
ਏਡਾ ਬ੍ਰਾਂਡ ਚੰਗਾ ਵਾ, ਚੋਣ ਚਾਲ ਏਡੀ ਚੰਗੀ ਆ, ਬਹੁਤ ਕੁਆਲਿਟੀ ਵਾਲੀ ਮੱਛੀ ਆ। ਬਾਕੀ ਰੰਗ ਰੂਪ ਦੇ ਵੀ ਸੋਹਣੀ ਆ ਪੂਰੀ, ਸਾਰੇ ਡਿਜ਼ਾਈਨ ਭਾਜੀ ਚੰਗੇ ਆ। ਦਿਵਾਲੀ ਵੀ ਇਹਦੇ ਨਾਲ ਦੀਆਂ ਵਿਗੀਆਂ 85-85 ਹਜ਼ਾਰ ਨੂੰ ਮੈਡਮ ਵਿਗੀਆਂ। ਹਾਂਜੀ ਹਾਂਜੀ, ਉਹ ਮੁੱਲ ਨਹੀਂ ਕਰਨਾ ਮੇਲੇ ਵਾਲਾ ਜਿਹੜੀ ਗੱਲ ਹੈ। ਠੀਕ ਆ, ਮੁੱਲ ਭਾਜੀ 65,000 ਆ ਮੱਛੀ ਦਾ, 60,000 ਦੀ ਮੱਛੀ ਜੈਸ ਨੂੰ ਹੀ ਹੋਣੀ। ਅੱਛਾ, ਪੂਰੇ 60 ਦੀ ਦੇ ਦੇਣੀ ਆ। ਚਲੋ ਮੌਕੇ ਤੇ ਕਰਦੇ, ਤੁਹਾਡਾ ਪਤਾ ਮੰਨਦਾ ਨਾ, ਲਈ ਕੋ ਦੂਰੋਂ ਨੇੜੇ ਵੀਰ ਭਰਾ ਮੰਨਦਾ, ਚਲੋ ਕਰਨਾ ਹੀ ਪੈਂਦਾ ਜਿਹੜੀ। ਠੀਕ ਆ ਜੀ, ਠੀਕ ਆ ਵਿਦਿਆਰ, ਕੁਝ ਕਹਿਣਾ ਜੀ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਕੀ ਜਿਹੜੇ ਵੀਰ ਭਰਾ ਨੇ ਮੇਰੇ ਨੇ ਲੈਣੇ ਆ, ਆਪਣੀ ਤਸੱਲੀ ਕਰਿਆ ਕਰੋ, ਤਸੱਲੀ ਕਰਕੇ ਫਿਰ ਜਾ, ਕਿਤੋਂ ਵੀ ਲਓ, ਮਾਲ ਹੀ ਨਹੀਂ ਆਂਦਾ ਵੀ ਮੇਰੇ ਕੋਲ ਲਓ ਜੀ। ਹਾਂਜੀ 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 ਹਾਂਜੀ, ਸਾਹ ਵਾਲੀ ਚੀਜ਼ ਆ। ਹਾਂਜੀ, ਤੇ ਹਰ ਬੰਦੇ ਦੇ ਵੀ ਜੀ ਮਿਹਨਤ ਦੇ ਪੈਸੇ ਆ, ਕੋਈ ਵੀ ਵਪਾਰੀ ਨੇ ਵੀ ਮਗਰੋਂ ਹੀ ਲਿਆਂਦੀਆਂ ਹੁੰਦੀਆਂ ਵਾ, ਕਿਸੇ ਦਾ ਮਨ ਨਾ ਦੁਖੀ ਹੋਵੇ ਤੇ ਆਪਣੀ ਤਸੱਲੀ ਕਰਕੇ ਹੀ ਖੜੋ। ਹੁਣ ਤਸੱਲੀ ਕਰਕੇ ਹੁਣ ਆਂਡੇ ਕੋ ਝੋਟੀ ਇਹੀ ਲੱਖ ਦੇ ਲਾਗੇ ਲਈ ਤੇ ਥਾਨ ਖਰਾਬ ਹੋ ਗਏ ਆ। ਹਾਂਜੀ ਹਰ ਬੰਦੀ ਆ। ਹਾਂਜੀ ਹਾਂਜੀ, ਤੇ ਇਹ ਆ ਵੀ ਕਿਸੇ ਨੂੰ ਲਾਮਾ ਨਹੀਂ ਜਿਹੜੀ ਗੱਲ ਆ। ਹਾਂਜੀ ਹਾਂਜੀ, ਇਹ ਆ ਕਿ ਜੋ ਵੀ ਤਸੱਲੀ ਕਰਨੀ ਇੱਥੇ ਕਰ ਲੈ, ਨਾ ਕੱਲ ਨੂੰ ਕਿਸੇ ਨੂੰ ਨਾ ਕੋਈ ਲਾਮਾ ਦਵੇ। ਜੇ ਆਪਣੇ ਜਦ ਘਰ ਦੀ ਹੋਵੇ ਫਿਰ ਤਸੱਲੀ ਹੁੰਦੀ ਆ। ਹਾਂਜੀ ਹਾਂਜੀ, ਦੋ ਦੋ ਤਿੰਨ ਤਿੰਨ ਡੰਗ ਆਪਾਂ ਚੋਲੀਆਂ ਵਾਹਾਂ ਨੂੰ ਪਤਾ ਜਿਹੜੀ ਚੀਜ਼ ਹੈਗੀ ਉਹ ਦਸੀ ਆ। ਠੀਕ ਹੈ ਜੀ, ਤੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਵੀ ਆਪਣਾ ਸਾਫ ਸੁਥਰਾ, ਸਾਰੇ ਭਰਾ ਕੰਮ ਕਰਦੇ ਆ, ਠੀਕ ਹੈ ਜੀ, ਸਾਫ ਸੁਥਰਾ ਕੰਮ ਕਰਿਆ ਕਰੋ। ਠੀਕ ਹੈ ਵੀਰ ਜੀ, ਸਾਰੇ ਵੀਰਾਂ ਨੂੰ ਇਹੋ ਹੀ ਆ ਵੀ ਚਲਾ ਦੁੱਧ ਵਾਸਤੇ ਮਾਲ ਲੈਣਾ ਹੁੰਦਾ। ਹਾਂਜੀ ਹਾਂਜੀ, ਕਿਸੇ ਨਾਲ ਵੀ ਕੋਈ ਧੱਕਾ ਨਾ ਹੋਵੇ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਕਿ ਵੀਰ ਜੀ ਹੁਣ ਕਿਹਾ, ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।